ਹਾਂਜੀ ਕਿੱਦਾਂ ਸਾਰੇ ਮੈਨੂੰ ਸਭ ਤੋਂ ਜ਼ਿਆਦਾ ਸਵਾਲ ਆਉਂਦਾ ਭਾਜੀ ਕੈਨੇਡਾ ਲਈ ਕੀ ਕੀ ਪੇਪਰ ਚਾਹੀਦਾ ਤੇ ਸ਼ੇਅਰ ਕਰ ਦਿਓ ਪੋਸਟ ਅਗਲੀ ਵੀਡੀਓ ਕਰੂੰਗਾ ਕੈਨੇਡਾ ਦਾ ਵੀਜ਼ਾ ਤੁਸੀਂ ਆਪ ਕਿੱਦਾਂ ਅਪਲਾਈ ਕਰ ਸਕਦੇ ਆ ਸੋ ਕੈਨੇਡਾ ਲਈ ਕੀ ਕੀ ਪੇਪਰ ਡਾਕੂਮੈਂਟ ਤੁਸੀਂ ਦੇਖ ਸਕਦੇ ਹੋ ਕਾਪੀ ਪਾਸਪੋਰਟ ਦੀ ਮੈਟ੍ਰਿਕ ਐਗਜ਼ਾਮ ਪਲੱਸ 2 ਪਾਸ ਬੈਂਕ ਬੈਲੈਂਸ ਪ੍ਰੋਪਰਟੀ ਡਾਕੂਮੈਂਟ ਏਵੈਲੂਏਸ਼ਨ ਰਿਪੋਰਟ ਪ੍ਰੋਪਰਟੀ ਵੈਲਿਊ ਬਾਈ ਸੀਏ ਚਾਰਟਰਡ ਅਕਾਊਂਟੈਂਟ ਕਰਦਾ ਹੁੰਦਾ ਤੁਹਾਡੀ ਜਾਇਦਾਦ ਦੀ ਏਵੈਲੂਏਸ਼ਨ ਮੈਰਿਜ ਸਰਟੀਫਿਕੇਟ ਤੇ ਬਾਕੀ ਜੋ ਆ ਲਿਖਿਆ ਆ ਤੇ ਇਹ ਵਾਲੇ ਪੇਪਰ ਤੁਸੀਂ ਇਕੱਠੇ ਕਰ ਲਓ ਤੇ ਅਗਲੀ ਵੀਡੀਓ ਮੈਂ ਕਰੂੰਗਾ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਿੱਦਾਂ ਕਰ ਸਕਦੇ ਟਰਾਈ ਤਾਂ ਕਰ ਹੀ ਸਕਦੇ ਲੱਗਣਾ ਨਹੀਂ ਲੱਗਣਾ ਬੱਕਰੀ ਗੱਲ ਆ ਤੁਸੀਂ ਖੁਦ ਟਰਾਈ ਦਾ ਕਰ ਸਕਦੇ বিনা ਏਜੰਟਾਂ ਤੋਂ ਤੇ ਹੋਰ ਡਾਕੂਮੈਂਟ ਕਿਹੜੇ-ਕਿਹੜੇ ਆ ਦਿਖਾ ਦੇਣਾ ਤੇ ਤੇ ਡਾਕੂਮੈਂਟ ਰਿਕੁਆਇਰਡ ਬਿਸਟਰ ਵੀਜ਼ਾ ਲਈ ਪਾਸਪੋਰਟ ਕਾਪੀ ਸਾਰੇ ਪੇਜਾਂ ਨਾਲ ਸਟੈਂਪ ਪ੍ਰੂਫ ਆਫ ਰਿਲੇਸ਼ਨਸ਼ਿਪ ਟੂ ਸਪான்ਸਰ ਜੇ ਕਿਸੇ ਨੇ ਤੁਹਾਨੂੰ ਸਪான்ਸਰ ਕੀਤੀ ਆ ਕੈਨੇਡਾ ਤੋਂ ਬੈਂਕ ਬੈਲੈਂਸ ਕਰੰਟ 픽스 디포지ਟ অর ਬੌਂਡ অর ਐਨੀ ਇਨਵੈਸਟਮੈਂਟ ਵੀ ਜੇ ਤੁਸੀਂ ਕਿਤੇ ਪੈਸੇ ਲਾਇਓ ਆ ਪਲਾਟ ਆ ਕੁਝ ਵੀ ਹੈ ਨਾ ਪ੍ਰਾਪਰਟੀ ਸਟੇਟਮੈਂਟ ਤੇ ਬਾਕੀ ਜੇ ਕੰਮ ਕਰਦੇ ਆ ਜੋਬ ਵੈਰੀਫਿਕੇਸ਼ਨ ਲੈਟਰ ਵੋਕੇਸ਼ਨ ਅਪਰੂਵਲ ਲੈਟਰ ਪਈ ਮੈਂ ਚੱਲਾ ਆ ਜਿੱਥੇ ਕੰਮ ਕਰਦੇ ਆ ਉੱਥੋਂ ਤੇ ਟੈਕਸ ਰਿਟਰਨ ਸਭ ਤੋਂ ਵੀਜ਼ਾ ਲੱਗਣ ਦਾ ਨਾਗਰ ਨਹੀਂ ਹੁੰਦਾ ਅਸੀਂ ਇੰਡੀਆ ਦੇ ਟੈਕਸ ਟੂਸ ਘੱਟੇ ਹੀ ਦਿੰਨੇ ਆ ਤੇ ਟੈਕਸ ਰਿਟਰਨ ਪਲੱਸ ਪੁਆਇੰਟ ਹੁੰਦਾ ਤੁਹਾਡਾ ਜੇ ਤੁਸੀਂ ਕਰਦੇ ਆ ਜੇ ਤੁਸੀਂ ਫਾਰਮਰ ਆ ਜੇ ਫਾਰਮ ਪਿਛਲੇ ਸਾਲ ਦਾ ਜ਼ਮੀਨ ਦੇ ਡਾਕੂਮੈਂਟ ਬੈਂਕ ਪਾਸਬੁੱਕ ਇਹ ਵੈਸਟਰ ਵੀਜ਼ਾ ਲਈ ਰਿਕੁਆਇਰਡ ਆ ਤੇ ਡਿਜੀਟਲ ਫੋਟੋ ਤੇ ਮੈਰਿਜ ਸਰਟੀਫਿਕੇਟ ਇਫ ਸਮਵਨ ਇਸ ਸਪੋਰਟਿੰਗ ਫਾਈਨੈਂਸ਼ਲੀ ਦੈਨ ਐਫਿਡੇਵਟ অর ਫਾਈਨੈਂਸ਼ੀਅਲ ਸਪੋਰਟ ਭਈ ਜੇ ਤੁਹਾਡੇ ਨਾਮ ਤੇ ਨਹੀਂ ਗਈ ਜਨਾ ਪੈਸਾ ਪੂਸਾ ਕਿਸੇ ਹੋਰ ਦੇ ਨਾਮ ਤੇ ਆ ਤੇ ਉਹ ਵੀ ਲਿਖਿਆ ਆ ਐਫਿਡੇਵਟ ਭਈ ਅਸੀਂ ਇਹਨੂੰ ਕਰਦੇ ਆ ਜੀ ਇੱਕ ਹੋਰ ਫੋਟੋ ਸੀਗੀ ਦਿਖਾ ਦਿਨਾ ਉਹ ਵੀ ਸ਼ਾਇਦ ਕੋਈ ਚੀਜ਼ ਰਹਿ ਗਈ ਹੋਵੇ ਤੇ ਡਾਕੂਮੈਂਟ ਰਿਕੁਆਇਰਡ ਫੋਰ ਵਰਕ ਪਰਮਿਟ ਇਹ ਪਿਛਲਾ ਤਾਂ ਅਸੀਂ ਟੂਰਿਸਟ ਲਈ ਵਰਕ ਪਰਮਿਟ ਜੇ ਤੁਸੀਂ ਐਲ ਐਮਓ ਲੈਣੀ ਆ ਨਾ ਕੈਨੇਡਾ ਹੁਣਾ ਪਾਸਪੋਰਟ ਕਾਪੀ ਆਲ ਬੇਸ ਵਿਦ ਸਟੇਟਸ ਜੌਬ ਲੈਟਰ ਫ্রম ੈਂਪਲੋਇਰ ਐਜੂਕੇਸ਼ਨ ਡਾਕੂਮੈਂਟ ਫ্রম 10th till all education you had done till date ਭਈ ਜੇ ਤੁਹਾਡੀ ਸਟੱਡੀ 10ਵੀਂ ਤੋਂ ਲੈ ਕੇ ਹੁਣ ਤੱਕ ਜੋ ਵੀ ਆ ਅਫੀਸ਼ੀਅਲ ਟ੍ਰਾਂਸਕ੍ਰਿਪਟ ਫੋਰ ਆਲ ਐਜੂਕੇਸ਼ਨ ਜੂ ਹੈ ਡਨ ਭਈ ਤੁਸੀਂ ਜੇ ਚਾਹੀਦੀ ਆ ਤਾਂ ਸਾਰੀ ਸਟੱਡੀ ਦਾ ਤੁਹਾਡਾ ਨਾ ਆਇਲਟਸ ਰਿਜ਼ਲਟ ਕਾਪੀ ਮਾਸਟਰ ਆ ਹੋਈ ਆਇਲਟ ਐਲ ਐਮ ਇਆ ਪ੍ਰੋਵਲ ਕਾਪੀ ਇੱਕ ਡਿਜੀਟਲ ਫੋਟੋ ਤੇ ਥੱਲੇ ਆ ਜੀ ਡਰਾਈਵਿੰਗ ਲਾਇਸੈਂਸ ਦੀ ਕਾਪੀ ਫਰੰਟ ਐਂਡ ਬੈਕ ਪੇਜ ਦੀ ਐਕਸਪੀਰੀਅੰਸ ਸਰਟੀਫਿਕੇਟ ਤੁਹਾਡਾ ਡਰਾਈਵਿੰਗ ਦਾ ਤੇ ਬੈਂਕ ਸਟੇਟਮੈਂਟ ਮਿਨੀਮਮ 6 ਲੱਖ ਤੇ ਬਾਕੀ ਪ੍ਰਾਪਰਟੀ ਐਵੈਲੂਏਸ਼ਨ ਰਿਪੋਰਟ ਮੈਰਿਜ ਸਰਟੀਫਿਕੇਟ ਆਧਾਰ ਕਾਰਡ ਆਈਡੀ ਔਰ ਐਨੀ ਆਈਡੀ ਮੈਡੀਕਲ ਐਗਜ਼ਾਮੀਨੇਸ਼ਨ ਪ੍ਰੂਫ ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਪਿਛਲਾ ਅਸੀਂ ਵਿਸਟਰ ਵੀਜ਼ੇ ਲਈ ਤੇ ਇਹ ਹੈਗਾ ਜੀ ਐਲ ਐਮ ਓ ਲ ਐਮ ਓ ਆਈ ਤੇ ਕੈਨੇਡਾ ਲਈ ਜੋ ਜੋ ਪੇਪਰ ਜ਼ਰੂਰੀ ਆ ਇਹ ਵੀਡੀਓ ਸ਼ੇਅਰ ਕਰੋ ਸਾਰੇ ਜਣੇ ਸਭ ਨੂੰ ਪਤਾ ਲੱਗ ਸਕੇ ਕਈ ਮੈਨੂੰ ਬਹੁਤ ਸਵਾਲ ਆਉਂਦਾ ਭਾਜੀ ਕੀ ਕੀ ਪੇਪਰ ਚਾਹੀਦੇ ਆ ਹੁਣ ਵੀਡੀਓ ਕਰਤੀ ਆ ਹੁਣ ਜ਼ਿੰਮੇਵਾਰੀ ਤੁਹਾਡੀ ਸ਼ੇਅਰ ਕਰਨ ਦੀ ਸਭ ਤੱਕ ਪਤਾ ਲੱਗ ਸਕੇ ਵੀ ਆਹ ਵਾਲੇ ਪੇਪਰ ਚਾਹੀਦੇ ਆ ਕਿਉਂਕਿ ਅਗਲੀ ਵੀਡੀਓ ਮੈਂ ਕਰਨੀ ਆ ਵੀ ਤੁਸੀਂ ਕੈਨੇਡਾ ਦੀ ਵੈਬਸਾਈਟ ਤੋਂ ਆਪ ਕਿਦਾਂ ਵੀਜ਼ਾ ਅਪਲਾਈ ਕਰ ਸਕਦੇ ਆ ਕਿਦਾਂ ਹੁੰਦਾ ਆ ਜਿਹੜੇ ਯਾਰ ਸ਼ਹਿਰਾਂ ਵਾਲੇ ਵੱਡੇ ਸ਼ਹਿਰਾਂ ਵਾਲੇ ਉਹ ਏਜੰਟਾਂ ਕੋਲ ਥੋੜੋ ਜੀ ਜਾਂਦੇ ਆ ਕਿ ਨਹੀਂ ਉਹ ਸਾਡੇਾਂ ਕੋਲ ਥੋੜੋ ਪੈਸੇ ਦਿੰਦੇ ਸਾਨੂੰ ਲੋਕਾਂ ਨੂੰ ਨੌਲ ਜਾਨੀ ਆਪਾਂ ਏਜੰਟਾਂ ਦੇ ਧੱਕੇ ਜੜ ਜਾਂਦੇ ਆ ਅਗਲੇ ਆਨਲਾਈਨ ਅਪਲਾਈ ਕਰਕੇ ਜਾਜੇ ਜੜ ਜਾਂਦੇ ਐਨਾ ਹੀ ਫਰਕ ਆ ਆਪਣੇ ਦੇ ਪੜੇ ਲਿਖੇ ਅੱਜ ਮੈਂ ਵੀ ਅਨਪੜਾਂ ਜੀ ਆ ਤੇ ਬਾਕੀ ਵੀਡੀਓ ਸ਼ੇਅਰ ਕਰਦੇ ਹੋ ਤੇ YouTube ਜਰੂਰ ਸਬਸਕ੍ਰਾਈਬ ਕਰਿਓ ਮੇਰੇ ਨਾਂ ਤੇ YouTube ਆ ਐਸੇ ਨਾਂ ਤੇ ਤੇ ਬਾਕੀ ਹੱਸਦੇ ਰਹੋ ਬਸਦੇ ਰਹੋ ਕੱਲ ਨੂੰ ਦਿਖਾਉਣੇ ਆ ਤੁਹਾਨੂੰ ਨਗਰ ਕੀਰਤਨ ਸਰੀ ਸ਼ਹਿਰ ਦਾ ਅਦਿਓਸ